انتظام اپنی بارگاہ قبول فرما اے مومن آزادار میرے ماں بہن دیا جتوں جتوں تشریف لے مولا سارے کو بچہ میرا ونا آباد و شاد فرما سارے دعا مانگو مولا علی ول ولی اللہ پڑھ والے دنیا دے جس کونے وچ بھی آباد ہیں مولا پورا شوق دور ہے مومنین دی عزت جان مال دی حفاظت فرما ساری حاضری قبول فرما سونی دی صلوات پڑھو اشهد ان لا اله الا الله قوت الا بالله الذي الذي بسم الله الرحمن الرحيم الحمد لله رب العالمين بارش تو نہیں ادھے بولا بارش ہی کہ نہیں
ਤੇ ਧੁੰਦ ਤਾਂ ਨਹੀਂ ਜਿਹੜੀ ਆਈ ਮੰਦੀ ਲੱਗਦੀ ਹੈ, ਬੋਲੋ ਧੁੰਦ ਹੀ ਕਹਿ ਨਹੀਂ ਤੇ ਰਸ਼ ਕਿਉਂ ਘੱਟ ਹੈ? ਇੱਕ ਬੰਦਾ ਜੰਗ ਪਕੜ ਕੇ ਆ ਗਏ, ਖੈਰ ਅਸੀਂ ਕੁੱਤੇ ਪੱਟੇ ਜਗਦੇ ਬੈਠੇ ਵੀ ਆ ਗਏ ਕੁੱਤੇ ਪੱਟੇ, ਕਿਹੜੀ ਬਸਤੀ ਵਾਲੇ? ਹੂੰ ਬਸਤੀ ਵਾਲੇ ਯਾਰ, ਸਾਕੋ ਹੀ ਪੱਟੇ ਵੀ ਆ ਗਏ ਹੂੰ ਬਸਤੀ ਵਾਲੇ। ਬਾਬਾ ਜੀ ਦੁਆ ਕਿੰਨਾ ਫਿਕਰ ਉੱਤੇ ਕੁੱਤੇ ਪੱਟੇ, ਇਹ ਆਪਣੇ ਬਜ਼ੁਰਗ ਫਿਰਾਂ ਅਸੀਂ ਇਹਦਾ ਦੁਆ ਕਿੰਨਾ ਪਿਆ ਕੁੱਤੇ ਪੱਟੇ, ਮਿਗਦਾਦ ਅਤੇ ਕੰਬਰ ਬੈਠੇ ਹਨ, ਮਿਗਦਾਦ ਕੰਬਰ ਇਰਕ ਮਾਰਕਾ ਦੇ ਯਾਰ ਅੱਸਾ ਤਾਂ ਉੱਥੋਂ ਟੱਪੇ ਗਏ, ਮਿਲ ਗਏ ਹੈਦਾਰੀ ਅੱਸਾ ਤਾਂ ਉੱਥੋਂ ਟੱਪੇ ਹੈ। ਵੀ ਆ ਗਏ ਕੁੱਤੇ ਬੈਠੇ, ਵੀ ਆ ਜਿਹੜੇ ਪਿੱਛੋਂ ਚੁੱਪ ਕੀਤੀ ਬੈਠੋ ਤੁੱਕ ਮੁੱਲਾ ਬੈਠੇ, ਬੋਲੋ ਬੋਲੋ ਹੈਦਾਰੀ ਕੁੱਤੇ ਬੈਠੇ, ਭੁੱਖੇ ਨਾ ਪਿਆ ਕੁੱਤੇ ਬੈਠੇ, ਕੁੱਤੇ ਬੈਠੇ, ਕੁੱਤੇ ਬੈਠੇ, ਨੌ ਬੰਦੇ ਇਕੱਠੇ ਸੀਗੇ। ਨਬੀ ਫਰਮਾਉਂਦੇ ਸਲਮਾਨ ਮੈਂ ਲਿਖਣ ਚਾਹੁੰਦਾ, ਉਹ ਕਿਹੜਾ ਕੁੱਤਾ ਜਿਹੜਾ ਨਮਾਜ਼ਾਂ ਕੋ ਪਟੇਂਦੇ? ਯਹੂਦੀ ਦੇ ਦਰਵਾਜ਼ੇ ਇੱਥੇ ਹੈ, ਇਬਰਾਹੀਮ ਦਾ ਕੁੱਤਾ ਹੈ, ਦਰਵਾਜ਼ਾ ਸਲਮਾਨ ਖਟਖਟਾਇਆ, ਯਹੂਦੀ ਮਾਰੇ ਤੇਰਾ ਕੁੱਤਾ ਜੀ ਅਸੀਂ ਕੀ ਪੱਟੇ ਜੀ, ਅਸੀਂ ਸਾਰੇ ਕੋ ਜੀ ਅਸੀਂ ਕਿਉਂ ਪੱਟੇ? ਅਦੇ ਆਪ ਚਾ ਪੁੱਛਿਆ ਤੂੰ ਨੀ ਜੋ ਯਹੂਦੀ ਹਾ ਅਕੀਦੇ ਦਾ ਕਮੀ ਨਾ ਨਾ ਇਤਨੀ ਪਤਾ ਜੋ ਕੁੱਤਾ ਹੀ ਨਬੀ ਦੇ ਕੋਲ ਨਹੀਂ ਬਣਦਾ, ਕੁੱਤਾ ਪੇਸ਼ ਹੈ ਜਲਦੀ ਤੈ ਪੱਟੇ ਜੀ ਅਸੀਂ ਸਾਰੇ ਕੋ ਜੀ ਅਸੀਂ ਉਤਰਾ ਕਿਉਂ ਪੱਟੀ ਆ ਦੇਹੀ ਨਿਕਲ ਪੁੱਛ ਨਬੀ ਫਰਮਾਇਆ ਉਤਰਾ ਪੱਟਿਆ ਤੈ ਹੈ ਪੁੱਛਾ ਹਿੰਨੇ ਕੋਲੋਂ ਬੀਬੀ ਦੇ ਵਾਸਤੇ ਲਿਖਾਇਆ ਮੈਨੂੰ ਵਤਨ ਦਾ ਤੁਹਾਡਾ ਨੌਕਰਾਂ ਹਰ ਵੇਲੇ ਤੁਹਾਡੇ ਕੋਲ ਹਾਜ਼ਰ ਹੁੰਦਾ ਪੱਟਿਆ ਤੈ ਪੁੱਛਾ ਹਿੰਨੇ ਕੋਲੋਂ ਅਜੇ ਬੋਲਾ ਪੂਰੇ ਮਦੀਨੇ ਮਨਾ ਦੀ ਫਰਮਾ ਹਰ ਕਈ ਨੂੰ ਸੁਣਿਓ ਮੈਂ ਕਿਹਨੂੰ ਸੁਣਿਓ ਫਿਕਰਾ ਇਹ ਵਾਕਿਆ ਮੈਂ ਕਿਹਨੂੰ ਪੂਰੇ ਮਦੀਨੇ ਚ ਮਨਾ ਦੀ ਕਰਾ ਸਾਰੇ ਸਹਾਬਾ ਇਕੱਠਾ ਕਰ ਸਾਰੇ ਸਹਾਬਾ ਦੇ ਸਿਰ ਤੇ ਕੁਰਾਨ ਰੱਖ ਉਹਨੇ ਕੋਲ ਕਸਮ ਚਵਾ ਤੇ ਪੁੱਛਾਂ ਕਦੋਂ ਕਈ ਕੋ ਭੌਂਕਿਆ ਹਾਂ ਕਦੋਂ ਕਈ ਕੋ ਭੌਂਕਿਆ ਹਾਂ ਨਬੀ ਫਰਮਾਇਆ ਦਿਆ ਉਤਰਾ ਉਹਨੂੰ ਕੋ ਭੌਂਕਦਾ ਨਹੀਂ ਵੀ ਇਹਨੇ ਕੋ ਪੱਟਾ ਕਿਉਂ ਉਹਨੇ ਕੋ ਭੌਂਕਦਾ ਨਹੀਂ ਵੀ ਇਹਨੇ ਕੋ ਪੱਟਾ ਕਿਉਂ ਉਹਨੇ ਕੋ ਭੌਂਕਦਾ ਨਹੀਂ ਵੀ ਸਾਡੇ ਮੌਲਾ ਤੇਰੇ ਵਿਰਾਜ ਜੀ ਕੋ ਭੌਂਕਦੇ ਹਨ ਮਾਲਕ ਬਦਲ ਬੋਲ ਗਿਆ ਮਜ਼ੇ ਟੱਪੇ ਅਲੀ ਕੋ ਭੌਂਕੇ ਨੇ ਹੈਦਰ ਹੈਦਰ ਸੀ ਗਏ ਹੈਦਰ ਮੈਂ ਅਲਮ ਦੀ ਅਜ਼ਮਤ ਦੀ ਕਸਮ ਅੰਧਾ ਥੀ ਵਾਂ ਆਪਣੀ ਤਰਫੋਂ ਆਖਾਂ ਬੀਬੀ ਜ਼ਬਾਨ ਹੀ ਥੀ ਬੰਦ ਕਰ ਜਾ ਆਪਣੀ ਤਰਫੋਂ ਆਖਾਂ ਕਿਤਾਬਾਂ ਪੜ ਨਬੀ ਫਰਮੇ ਦੇ ਕੁੱਤਾ ਮੈਂ ਤੈਨੂੰ ਹੁਕਮੇ ਨੇ ਦਾ ਵਤ ਨਾ ਪੱਟੇ ਵਤ ਨਾ ਪੱਟੇ ਵਤ ਨਾ ਪੱਟੇ ਵਤ ਨਾ ਪੱਟੇ ਜ਼ਮੀਨ ਤੇ ਮੱਥਾ ਮਾਰ ਕੇ ਅਜੇ ਆਪਣੇ ਬੂਹ ਦਾ ਵਾਸਤੇ ਇਹਨੇ ਤੇ ਮੇਰਾ ਮੁਹਾਇਦਾ ਕਰਾ ਚੋੜ ਇਹਨੇ ਉਤਰੇ ਕੋ ਆਖ ਐਡੀ ਕੋ ਭੌਂਕਣ ਛੋੜ ਨਹੀਂ ਮੈਨੂੰ ਪੱਟਾ ਤਾਰੀਖ ਕਹਿ ਰਹੀ ਤਾਰੀਖ ਕਹਿ ਰਹੀ ਹੈ ਮੁਹਰਮ ਕੇ ਚਾਂਦ ਮੇ ਸੈਦਾਨੀਓ ਕੇ ਬਖਤ ਅਚਾਨਕ ਉਲਟ ਗਏ ਇਤਨੀ ਗਰੀਬ ਹੋ ਗਈ ਸੈਯਦਾ ਕੇ ਨਾਮ ਲਈ ਬੀਬੀ ਕੇ ਇੱਕ ਲਿਬਾਸ ਮੇ ਦੋ ਸਾਲ ਲੰਬਾ ਲੱਥੀ ਵਾ ਸ਼ਾਮ ਦੇ ਬਹਾਰਾਂ ਖੜੀਏ ਇੱਕ ਦਮ ਮਦੀਨੇ ਦੋ ਵੱਤ ਬੀਬੀ ਸ਼ਾਮ ਕੋਲੇ ਇੱਕਦਮ ਮਦੀਨੇ ਦੋ ਬਾਬਾ ਜੀ ਵੱਤ ਸ਼ਾਮ ਕੋਲੇ ਦੀ ਸਜਾਦਾ ਜਮਾ ਵੱਤ ਵੱਤ ਸ਼ਾਮ ਕੋ ਕਿਉਂ ਲਿਖਦੇ ਹੋ ਬੀਬੀ ਤੇ ਸਜਾਦ ਦੀ ਇਜਾਜ਼ਤ ਦੇਵੇਂ ਸ਼ਾਮ ਨਾਲ ਗੱਲ ਕਰਕੇ ਕਲਮ ਤੇ ਹੱਥੀ ਮੇਰਾ ਬਾਬਾ ਮੁਸਤੀ ਸਹਿ ਮਰੋ ਇੱਥੇ ਬੰਦ ਪੜਦੇ ਆਉਂਦੇ ਆ ਅਮਾ ਗੱਲ ਕਰੋ ਸੈਣ ਸ਼ਾਮ ਕੋ ਡਿੱਠੇ ਸੈਣਾ ਦੀ ਇੱਥੇ ਕੋ ਸਾਵਰਾ ਦੀ ਰਸਾਲ ਸਮਝ ਕੇ ਮੈਂ ਗਿੱਧੀ ਆਖ ਕੇ ਤੈ ਡੀ ਟੇਕ ਤੈਨੀ ਮਹਿਮਾਨ ਨਵਾਜ਼ੀ ਕੀਤੀ ਮੇਰੇ ਕੋ ਯਾਦ ਰਹੇ ਨਹੀਂ ਪੇਕੇ ਸੈਣਾ ਦੇ ਬਾਜ਼ਾਰ ਨੇ ਮੇਰੇ ਕੋ ਫੋਨ ਰਵਾਇਆ ਕਿ ਅਖਾ ਦਰਬਾਰ ਦੱਸੇ ਕੇ ਅਦੀ ਖੜੀਏ ਜਿਵੇਂ ਮੈਂ ਡਿੱਠੇ ਬਾਜ਼ਾਰ ਤੇ ਲੈ ਸ਼ਾਦਾ ਕੋਈ ਮਸੂਰ ਤੇ ਕੋ ਸਾਵਰਾ ਵਿਰਸਾ ਸਮਝ ਕੇ ਮੈਂ
گدیان کتے لیٹے کے تائیں مہمان نوازی کی تھی میں کو یاد رہے نہیں پیکے سینہ دی بازار نے میں کو خون روایا یا کھا دربار دسے کے ادھی کھڑی جی میں لیٹے بازار تے لے شالا کوئی مستور بابا سے آن کھڑی نانے دے روزے تھے نانا سلام نانا بل نہیں آن نانا بل نہیں آن نانے نال بیٹھی ہے یا روز رسول دے منادی نے ادات کی عقل ماری ہے ظاہرہ زبارہ ظاہرہ نے قبر مصطفیٰ چھوڑ دو نبی دا روزہ نکل ونجو روزے دے باہر کیوں حسین دی مجاور تھی فراق دی ملکہ اکبر دی بھی فراق دی مسافرہ کو ملا نہیں کریے نبی دا روزہ نکل ونجو روزے دے باہر اکبر دی بھیڑ نہیں کھڑیے جناب سورہ ٹریے روزہ خالی نکرانی نیچے ادھی بی بی کھڑو اور وہ بندے بیٹھے شاید انہیں اعلان نہیں سنیا یہ نکرانی جناب سجاد نالا نکھڑی اے بندگان خدا اعلان نہیں میں سنیا فرمینن سنے اٹھا کیوں نوی باقی راضے میرا بابا بیمار ہے میرا بابا تھکا ہوئے ارے جتنی تھکا ہوئے بابے کو آخ رستہ چھوڑ عباس دی بطری بھی کرے جن ہاتھ رکھ دے ماتم نہ کرے جن ہاتھ رکھ دے این شہر دے سردار دی دھی یہ کھڑی ہے سرکار فرمائے گا میں پردہ بنے نا یہ میں پردہ میں بنے نا یہ میں کہیں کو لانی آن دا اپنی مرشد کو آزادی کو آخ رستہ ڈھیرے ٹب بنجے سین حقل بار نکرانے کو ایک بات جنہ کنا لے گئے ایک واقع جی میں نام دی پردہ بڑا چیو سجاد پردہ بڑھائے چاوہ قرآن میں نے سیرت رکھ بی بیاں گزرن لگیں پہلی بی بی گزری نو جی گزری علم تے گزرتا میں جنہیں ایک بی بی گزری ہے ہوں دے برکے دی ہوا سجاد کو مہن گرتا اٹھدا ہے نویات مت تلات آدھے سارے محسن دی ماں سجاد دا سلام عباس دی ماں قیدی دا سلام جنہا ہاتھ نکلے ماتم نہ کرے عباس دماغ میں نہ کرا عباس دماغ قیدی دا سلام ہوئی مطمئن مبخاوہ لمن ہو جاوہ میں نہ کرے بی بی اندر رہیے سلام جناب زین فرمین دی والیک سلام یا جاریت اللہ اللہ دیمانی میں دی سلام ہوئی جناب سکرہ دی بی بی سمیتو جیتے من العراق یہ اعلان تھے عراق تو ہمون والے پردیدار تو سو جناب زینب چون سلام دے جواب دیتے سوا چپ کر گئے والا نالے بی بی اگر عراق تو آئی ہیں حال رائے تھے ابھی کتے میرے بادشاہ پیوں کو نٹھا گیا بی بی چپ اللہ منی قسم قریب آلی کھڑی ہے بی بی میں نال علی دی جو نبی میں نے میلے کپڑے نٹھے گئے روزے دے باہر جو جتنی زوار عورتہ کھڑی ہیں سارے کنو پوچھ سارے آتے کنو سے سے نیشار دے سردار دے دی بھائی میرے وطن آلے و عظمت سیدہ دی قسم کتاب لکھے جناب زینب چھڑیے نانے دے روزے تیان کیا دے نانا آپ انصاف کر میں کو دینی بھی سجا سیدہ دے نانا پہلے میں مکانے دی چادر وچھائی گھڑی کھولی چولا گھڑیس جیویں جیویں چولا نکل جائے نبی کا بات جن لگا آج یہ نانا چولا نکھائی میں ستر قدم دے قرآن کا آج رہی نام سید بیٹھو ہر سید قدمہ دھادر کے معافی مگدا لکھا نہ سکتا کتے نہ مجھتا فتوے لیں دی شیعہ رونن مچھنے مرنی شرنی بھی آدھا